ਆਵੇ ਸਾਡੇ ਨਾਲ ਤੇ ਜਾਵੇ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਵਾਅਦੇ ਸਾਡੇ ਨਾਲ ਨਿਭਾਵੇ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਫੰਡ ਸਾਡੇ ਵਾਲੇ ਲਾਵੇ ਕਿਤੇ ਹੋਰ ਬੱਲੇ ਉਹ ਚਲਾਕ ਸੱਜਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਤੇ ਲਾਰੇ ਲੋਕਾਂ ਦੇ ਮਨ ਪਰਚਾਉਣ ਵਾਲੇ ਨਿਕਲੇ ਬੇਸ਼ੱਕ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹਨ ਪਰ ਇਹਨਾਂ ਦੀ ਚਾਬੀ ਦਿੱਲੀ ਵਾਲਿਆਂ ਕੋਲ ਹੈ ਜਿਸ ਤਰ੍ਹਾਂ ਦਿੱਲੀ ਵਾਲੇ ਭਗਵੰਤ ਮਾਨ ਨੂੰ ਨਚਾਉਂਦੇ ਹਨ ਉਸੇ ਤਰ੍ਹਾਂ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਡਰਾਮੇ ਕਰਦੇ ਹਨ ਜੇ ਆਪਾਂ ਗੱਲ ਕਰੀਏ ਜ਼ਿਲ੍ਹਾ ਬਰਨਾਲਾ ਦੀ ਤਾਂ ਜੇ ਭਗਵੰਤ ਮਾਨ ਦੀ ਸਰਕਾਰ ਬਣਾਉਣ ਵਿੱਚ ਬਰਨਾਲਾ ਜ਼ਿਲ੍ਹੇ ਵਾਲਿਆਂ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ ਪਰ ਇੱਥੇ ਕਹਾਣੀ ਉਲਟ ਹੋ ਗਈ ਬਰਨਾਲੇ ਜ਼ਿਲ੍ਹੇ ਦੀਆਂ ਪ੍ਰਧਾਨਗੀਆਂ ਨੂੰ ਲੈ ਕੇ ਆਮ ਪਾਰਟੀਆਂ ਦੇ ਵਲੰਟੀਅਰ ਕਬਜ਼ੇ ਕਰ ਰਹੇ ਨੇ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਕਈ ਥਾਵਾਂ ਤੇ ਜੰਗਾਂ ਦਾ ਮੈਦਾਨ ਬਣਦੇ ਬੰਦੇ ਰਹਿ ਗਿਆ ਜੇ ਆਪਾਂ ਗੱਲ ਕਰੀਏ ਬਰਨਾਲਾ ਜੱਚਾ ਬੱਚਾ ਹਸਪਤਾਲ ਦੀ ਤਾਂ ਸਰਕਾਰੀ ਬਿਲਡਿੰਗ ਬਣ ਰਹੀ ਹੈ ਸਿਹਤ ਮੰਤਰੀ ਕਈ ਵਾਰ ਬਰਨਾਲਾ ਦੌਰਾ ਕਰਨ ਆਏ ਤੇ ਵੱਡੇ ਵੱਡੇ ਵਾਅਦੇ ਦੇ ਦਾਅਵੇ ਕਰਕੇ ਚਲੇ ਗਏ ਸਿਹਤ ਅਤੇ ਸਰਕਾਰੀ ਬਿਲਡਿੰਗ ਨੂੰ ਲੈ ਕੇ ਇਹਨਾਂ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ ਜਦੋਂ ਸਾਡੀ ਟੀਮ ਸਰਕਾਰੀ ਹਸਪਤਾਲ ਜੱਚਾ ਬੱਚਾ ਬਰਨਾਲਾ ਵਿਖੇ ਪਹੁੰਚੀ ਤਾਂ ਬਿਲਡਿੰਗ ਵਿੱਚ ਕੰਮ ਕਰ ਰਹੇ ਲੇਬਰ ਵਾਲਿਆਂ ਨੇ ਠੇਕੇਦਾਰਾਂ ਤੇ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦੋਨੋਂ ਹੱਥੀ ਲੈਂਦੇ ਠੇਕੇਦਾਰਾਂ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਮਾਰਚ ਤੋਂ ਬਾਅਦ ਠੇਕੇਦਾਰਾਂ ਵੱਲੋਂ ਲੇਬਰ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਜਦੋਂ ਅਸੀਂ ਠੇਕੇਦਾਰਾਂ ਤੋਂ ਪੈਸੇ ਦੀ ਮੰਗ ਕਰਦੇ ਹਾਂ ਤਾਂ ਠੇਕੇਦਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਫੰਡ ਨਹੀਂ ਆਇਆ ਇਹ ਕਹਿ ਕੇ ਠੇਕੇਦਾਰ ਫੋਨ ਕੱਟ ਦਿੰਦਾ ਹੈ ਇਸ ਕਰਕੇ ਅਸੀਂ ਸਾਰੇ ਹੀ ਲੇਬਰ ਨੇ ਕੰਮ ਬੰਦ ਕਰਨ ਦਾ ਫੈਸਲਾ ਲਿਆ ਜਦੋਂ ਇਸ ਸੰਬੰਧੀ ਠੇਕੇਦਾਰਾਂ ਨਾਲ ਗੱਲ ਕੀਤੀ ਤਾਂ ਠੇਕੇਦਾਰਾਂ ਨੇ ਕਿਹਾ ਕਿ ਇਸ ਸੰਬੰਧਤ ਅਫਸਰਾਂ ਨੂੰ ਲੈ ਕੇ ਕਈ ਵਾਰ ਫੰਡ ਮੁਹੱਈਆ ਕਰਵਾਉਣ ਬਾਰੇ ਕਿਹਾ ਗਿਆ ਹੈ ਪਰ ਅਫਸਰਾਂ ਵੱਲੋਂ ਕੋਈ ਨਾ ਕੋਈ ਲਾਰਾ ਲਗਾ ਕੇ ਅੱਗੇ ਟਾਈਮ ਕਰ ਦਿੱਤਾ ਜਾਂਦਾ ਹੈ ਜਦੋਂ ਇਸ ਸੰਬੰਧੀ ਐਕਸ਼ਨ ਨਾਲ ਗੱਲ ਕੀਤੀ ਤਾਂ ਸਰਕਾਰ ਵੱਲੋਂ ਕੋਈ ਵੀ ਫੰਡ ਰਿਲੀਜ਼ ਨਹੀਂ ਕੀਤਾ ਗਿਆ ਇਹ ਐਕਸ਼ਨ ਸਾਹਿਬ ਦਾ ਜਵਾਬ ਹੁੰਦਾ ਹੈ ਸਾਡੇ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਇਹਨਾਂ ਬਿਲਡਿੰਗਾਂ ਦਾ ਫੰਡ ਕਲੀਨਿਕ ਮੁਹੱਲਿਆਂ ਵਿੱਚ ਦੀ ਉਸਾਰੀ ਤੇ ਰੀਨਿਊ ਉੱਤੇ ਲਗਾ ਦਿੱਤਾ ਗਿਆ ਹੈ ਹੁਣ ਦੇਖਦੇ ਹਾਂ ਕਿ ਸਾਡੀ ਖਬਰ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਤੇ ਉਹਨਾਂ ਦੇ ਸਿਹਤ ਮੰਤਰੀ ਦੇ ਕੰਨਾਂ ਉੱਪਰ ਜੂ ਸਿਰਕਦੀ ਹੈ ਜਾਂ ਨਹੀਂ ਕਿੰਨਾ ਆਪਣਾ ਜੀ ਕਰਮਜੀਤ ਸਿੰਘ ਹਾਂਜੀ ਕਰਮਜੀਤ ਸਿੰਘ ਕਰਮਜੀਤ ਜੀ ਤੁਸੀਂ ਜੱਚਾ ਬੱਚਾ ਜੇ ਕੰਮ ਕਰ ਰਹੇ ਹੋ ਇੰਜੀਨੀਅਰ ਤੌਰ ਬਤੌਰ ਕੰਮ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਤੁਹਾਡੀ ਸਮੂਹ ਲੇਬਰ ਨੇ ਕੰਮ ਬੰਦ ਕਰ ਦਿੱਤਾ ਗਿਆ ਜੱਚਾ ਬੱਚਾ ਹੋਸਪਿਟਲ ਦਾ ਕੀ ਕਹਿਣਾ ਚਾਹੋਗੇ ਇਹਦੇ ਲਈ ਇਹੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਜੀ ਹਾਂ ਪੇਮੈਂਟ ਨਹੀਂ ਆ ਰਹੀ ਫੰਡ ਨਹੀਂ ਆ ਰਹੇ ਸਰਕਾਰ ਵੱਲੋਂ ਜੀ ਹਾਂ ਤੁਹਾਨੂੰ ਤਾਂ ਪੇਮੈਂਟ ਠੇਕੇਦਾਰ ਨੇ ਕਰਨੀ ਹੈ ਨਾ ਕਿ ਸਰਕਾਰ ਨੇ ਕਰਨੀ ਹੈ ਠੇਕੇਦਾਰ ਕੋਲ ਜਿੰਨਾ ਆਪਦਾ ਹੁੰਦੀ ਹੈ ਜੀ ਕਪੈਸਿਟੀ ਠੇਕੇਦਾਰ ਨੇ ਖਰਚ ਲਏ ਜੀ ਹੁਣ ਜੀ ਹਾਂਜੀ ਕਿੰਨੇ ਸਮੇਂ ਤੋਂ ਤੁਹਾਨੂੰ ਤੁਹਾਡੀ ਹੈਗੀ ਤਨਖਾਹ ਬੰਦ ਕਰ ਰੱਖੀ ਠੇਕੇਦਾਰ ਨੇ ਇਹ 31 ਮਾਰਚ ਤੋਂ ਬਾਅਦ ਪੇਮੈਂਟ ਹੀ ਨਹੀਂ ਆਈ ਜੀ ਅਤੇ ਤੁਸੀਂ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ ਆਪਣਾ ਗੁਜ਼ਾਰਾ ਬਸ ਟਾਈਮ ਪਾਸ ਹੀ ਹੈ ਜੀ ਗੁਜ਼ਾਰਾ ਤਾਂ ਇੱਕ ਜਿਹੜੇ ਲੇਬਰ ਆ ਸਾਡੀਆਂ ਪੁਰਾਣੀਆਂ ਲੇਬਰਾਂ ਨੇਗੀਆਂ ਉਹਦੇ ਕਰਕੇ ਵੀ ਹਾਂ ਆਜੂਗੀ ਪੇਮੈਂਟ ਦੇ ਦਾਂਗੇ ਬਸ ਇੱਕ ਹੀ ਗੁਜ਼ਾਰਾ ਹੋ ਰਿਹਾ ਅਤੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਵੱਲੋਂ ਠੇਕੇਦਾਰ ਨੂੰ ਪੇਮੈਂਟ ਕਰ ਦਿੱਤੀ ਜਾਊਗੀ ਤੁਹਾਡੀ ਆਵਾਜ਼ ਉੱਪਰ ਤੱਕ ਜਾਊਗੀ ਹਾਂ ਜਾਣੀ ਤਾਂ ਚਾਹੀਦੀ ਸਿਹਤ ਮੰਤਰੀ ਵੱਲੋਂ ਤਾਂ ਐਲਾਨ ਕੀਤੇ ਜਾ ਰਹੇ ਕਿ ਅਸੀਂ ਬਹੁਤ ਵਧੀਆ ਬਿਲਡਿੰਗ ਬਣਾ ਰਹੇ ਹਾਂ ਜੱਚਾ ਬੱਚਾ ਧਿਆਨ ਰੱਖ ਹਰ ਇੱਕ ਫੰਡ ਮੁਹੱਈਆ ਕਰਵਾ ਰਹੇ ਹਾਂ ਤੁਸੀਂ ਕਹਿੰਦੇ ਪੇਮੈਂਟ ਨਹੀਂ ਆਈ ਜੀ ਸਿਹਤ ਮੰਤਰੀ ਐਲਾਨ ਹੀ ਕਰ ਰਹੇ ਆ ਜੀ ਇੱਥੇ ਆਏ ਸੀਗੇ ਉਹਨਾਂ ਨੇ ਇੱਧਰ ਤਾਂ ਗੇੜੀ ਨਹੀਂ ਮਾਰਿਆ ਵੀ ਹਾਂ ਕੰਮ ਕਿੱਦਾਂ ਚੱਲ ਰਿਹਾ ਜਾਂ ਕਿੱਦਾਂ ਨਹੀਂ ਚੱਲ ਰਿਹਾ ਬਸ ਅੰਦਰ ਗੇੜਾ ਦੇ ਕੇ ਵਾਪਸ ਹੋ ਗਏ ਤੁਸੀਂ ਕਿਸੇ ਹੋਰ ਅਫਸਰ ਨੂੰ ਜਾਣੂ ਕਰਵਾਇਆ ਇਸ ਸੰਬੰਧੀ ਹਾਂਜੀ ਉੱਪਰ ਤੱਕ ਸਾਰੇ ਅਫਸਰਾਂ ਨੂੰ ਜਾਣੂ ਕਰਵਾਇਆ ਪਤਾ ਇਹ ਵੀ ਲੱਗਿਆ ਕਿ ਜਿਹੜੀ ਤੁਹਾਡੀ ਪੇਮੈਂਟ ਠੇਕੇਦਾਰਾਂ ਦੀ ਜਿਹੜੇ ਕਲੀਨਿਕ ਖੋਲ੍ਹੇ ਨੇ ਘਰ ਸ਼ਹਿਰ ਸ਼ਹਿਰ ਮੁਹੱਲੇ ਮੁਹੱਲੇ ਵਿੱਚ ਉੱਥੇ ਤੁਹਾਡੀ ਪੇਮੈਂਟ ਉਹਨਾਂ ਨੇ ਵਰਤ ਦਿੱਤੀ ਗਈ ਹਾਂਜੀ ਹਾਂਜੀ ਇਹੀ ਪਤਾ ਲੱਗਿਆ ਵੀ ਜਿਹੜਾ ਇਹਨਾਂ ਨੇ 20 ਲੱਖ ਰੁਪਇਆ ਪੁਰਾਣੀਆਂ ਬਿਲਡਿੰਗਾਂ ਤਿਆਰ ਕਰਕੇ ਲਾਤਾ ਹਾਂ ਉਹ ਠੇਕੇਦਾਰਾਂ ਦੀ ਜ਼ਮੀਨ ਸੀਗੀ ਜਿਹੜੀ ਇਹਨਾਂ ਨੂੰ ਦੇਣੀ ਜੀ ਰਾਮ ਜੀ राम जी आप जच्चा बच्चा में काम कर रहे हो आज आपने काम करने का निर्णय ले लिया कि हम काम बंद कर देंगे बिल्कुल बंद करेंगे सर नहीं नहीं काम क्यों बंद करोगे आप ऐसा है 3 महीने से काम कर रहा है पेमेंट नहीं आ रही आगे से जी बाबू कह रहे हैं कि आगे से पेमेंट नहीं आ रही मेरे मानी दे रही पेमेंट जी भूखे मर रहे हैं ठेकेदार ने कहा ठेकेदार को आपने बोला कि हमको पेमेंट दो या हमको जो काम करते हैं बोला फिर ठेकेदार क्या बोले कह रहे हैं मेरे से पेमेंट नहीं आ रही है हाँ कितने महीने हो गए आपको 3 महीने हो गए आपको एक भी कोई पेमेंट नहीं कहाँ से खर्चा वर्चा कर रहे हो आप खर्चा लाला भी उधार राशन दे रहा था वही मना कर दिया ओके कैसे टाइम पास कर रहे हो आप बस वैसे ओके सोके कर रहे हैं फिर आज आपने निर्णय ले लिया है हाँ जी काम बंद कर दोगे बंद कर देंगे कब तक काम बंद करोगे जब तक पेमेंट नहीं आ रही है वहाँ पे काम करते हो लेबर का जी। आपने काम क्यों बंद किया पैसा नहीं मिल रहा ठेकेदार आपको पैसा नहीं दे रहा क्या नहीं दे रहा कितने महीने से दे नहीं दे रहा 3 महीने फिर आपका गुजारा कैसे चल रहा है कहीं कहीं से खर्चा की व्यवस्था करके चला रहे हैं कैसे कहीं कहीं से व्यवस्था करके चला रहे हैं तो आप आज आप सभी ने काम बंद कर दिया हाँ जी ठेकेदार क्या बोला कि कब आपको पेमेंट दे देगा ठेकेदार बोला है जब परमिट पैसा आने दो हाँ तो फिर मिलेगा पैसा दे देंगे तब तक आप काम बंद रखोगे हाँ जी
ये।